ਵੀਡੀਓ ਵੀ ਕਰੇ ਸਾਰੇ ਮੇਰੇ ਪਿਆਰੇ ਸਰੋਤੇ ਵੀਰ ਭੈਣ ਭਰਾ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ PSPCL ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਬਿਜਲੀ ਖਪਤਕਾਰਾਂ ਦੇ ਲਈ ਅਹਿਮ ਜਾਣਕਾਰੀ ਆ। ਜ਼ੀਰੋ ਬਿੱਲ ਲੈਣ ਵਾਲਿਆਂ ਲਈ ਕਿਹੜੇ ਕਿਹੜੇ ਜ਼ਰੂਰੀ ਕੰਮ ਨੇ ਜ਼ੇਰੇ ਕੀ ਹੁਣ ਤੁਹਾਨੂੰ ਕਰਨੇ ਹੋਣਗੇ। ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ। ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ, ਤਾਂ ਜੋ ਤੁਸੀਂ ਇਸ ਚੈਨਲ ਤੇ PSPCL ਵੱਲੋਂ ਜਿੰਨੀਆਂ ਵੀ ਨਵੀਆਂ ਅਪਡੇਟ ਆਉਂਦੀਆਂ ਰਹਿੰਦੀਆਂ ਨੇ ਜਾਂ ਬਿਜਲੀ ਵਿਭਾਗ ਦਫ਼ਤਰ ਵੱਲੋਂ ਜਿੰਨੀਆਂ ਨਵੀਆਂ ਜਾਣਕਾਰੀਆਂ ਆਉਂਦੀਆਂ ਨੇ ਉਹਨਾਂ ਦੇ ਸੰਬੰਧੀ ਤੁਹਾਨੂੰ ਇਸ ਚੈਨਲ ਤੇ ਜਾਣਕਾਰੀ ਜਿਹੜੀ ਆ ਮਿਲਦੀ ਰਹੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਜਦੋਂ ਦੇ ਸਰਕਾਰ ਨੇ ਬਿਜਲੀ ਬਿੱਲ ਜਿਹੜੇ ਆ ਮਾਫ਼ ਕੀਤੇ ਆ, ਪੂਰੇ ਮਾਫ਼ ਤਾਂ ਨਹੀਂ ਕੀਤੇ ਹੈਗੇ, ਮਤਲਬ ਕਿ 600 ਯੂਨਿਟਾਂ ਜਾਂਦੀਆਂ ਮਾਫ਼ ਕੀਤੀਆਂ ਨੇ, ਉਦੋਂ ਦੇ ਕਾਫ਼ੀ ਜ਼ਿਆਦਾ ਲੋਕਾਂ ਦੇ ਜ਼ੀਰੋ ਬਿੱਲ ਜਿਹੜੇ ਆ ਰਹੇ ਨੇ। ਅਤੇ ਜਿੱਥੇ ਸਰਕਾਰ ਨੇ ਇਹ ਵੀ ਚੈੱਕ ਕੀਤਾ ਕਿ ਕਰੀਬ 60 ਤੋਂ 70% ਅਜਿਹੇ ਪਿੰਡਾਂ ਦੇ ਅਤੇ ਸ਼ਹਿਰਾਂ ਦੇ ਲੋਕ ਨੇ ਜਿਨ੍ਹਾਂ ਦੇ ਬਿੱਲ ਜਿਹੜੇ ਜ਼ੀਰੋ ਆ ਰਹੇ ਨੇ। ਪਰ ਹੁਣ ਜਿਹੜਾ ਸਮਾਂ ਚੱਲ ਰਿਹਾ ਜੀ, ਗਰਮੀਆਂ ਦਾ ਸੀਜ਼ਨ ਜਿਹੜਾ ਚੱਲ ਰਿਹਾ ਹੈਗਾ, ਤੁਹਾਨੂੰ ਦੱਸ ਦੇ ਕਿ ਅਪ੍ਰੈਲ, ਮਈ, ਜੂਨ, ਜੁਲਾਈ ਅਤੇ ਅਗਸਤ ਇਹ ਜਿਹੜੇ 5 ਮਹੀਨੇ ਨੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਜਿਹੜੀ ਆ ਪੈ ਰਹੀ ਆ। ਪਿਛਲੇ ਸਾਲ ਨਾਲੋਂ ਇਸ ਵਾਰ ਜਿਹੜੀ ਗਰਮੀ ਆ ਬਹੁਤ ਹੀ ਜ਼ਿਆਦਾ ਪੈ ਰਹੀ ਆ, ਜਿਸ ਦੇ ਕਰਕੇ ਪੰਜਾਬ ਦੇ ਲੋਕਾਂ ਨੂੰ PSPCL ਵੱਲੋਂ ਸਮੇਂ ਸਮੇਂ 'ਤੇ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ, ਨੋਟਿਸ ਵੀ ਆ ਰਹੇ ਹੈਗੇ ਨੇ ਬਿਜਲੀ ਵਿਭਾਗ ਦਫ਼ਤਰ ਦੇ, ਅਤੇ ਜ਼ੇਰੇ ਪਿੰਡਾਂ ਵਿੱਚ ਤੁਹਾਡੇ ਲਾਈਨਮੈਨ ਘੁੰਮਦੇ ਨੇ ਜਿਹੜੇ ਕਿ ਲਾਈਨਾਂ ਚੈੱਕ ਕਰਦੇ ਰਹਿੰਦੇ ਨੇ ਕਿਤੇ ਹਨੇਰੀ ਝੱਖੜ ਦੇ ਨਾਲ ਲਾਈਨ ਟੁੱਟ ਤਾਂ ਨਹੀਂ ਗਈ। ਉਹਨਾਂ ਵੱਲੋਂ ਵੀ ਕਾਫ਼ੀ ਜ਼ਿਆਦਾ ਜਾਣਕਾਰੀ ਜਿਹੜੀ ਆ ਮਿਲਦੀ ਆ। ਸੋ ਤੁਹਾਨੂੰ ਦੱਸ ਦਈਏ ਕਿ ਜੋ ਨਵੀਂ ਅਪਡੇਟਸ ਆਈ ਹੈਗੀ ਆ PSPCL ਡਿਪਾਰਟਮੈਂਟ ਪਟਿਆਲਾ ਵੱਲੋਂ, ਉਹਨਾਂ ਨੇ ਆਪਣੇ ਲਾਈਨਮੈਨਾਂ ਨੂੰ ਵੀ ਕਹਿ ਦਿੱਤਾ, ਆਪਣੇ ਬਿਜਲੀ ਵਿਭਾਗ ਦੇ ਦਫ਼ਤਰਾਂ ਵਿੱਚ ਵੀ ਕਹਿ ਦਿੱਤਾ, ਜਿਹੜੇ ਕਿ ਬਲਾਕ ਲੈਵਲ ਦੇ ਦਫ਼ਤਰ ਹੁੰਦੇ ਨੇ, ਠੀਕ ਹੈ ਜੀ, ਉਹਨਾਂ ਨੂੰ ਇਹ ਗੱਲਾਂ ਕਹਿ ਦਿੱਤੀਆਂ ਨੇ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਜਿਹੜੀ ਆ ਬਹੁਤ ਹੀ ਜ਼ਿਆਦਾ ਹੋ ਰਹੀ ਆ। ਪਰ ਉੱਧਰ ਜੇਕਰ ਦੂਜੇ ਪਾਸੇ ਡਾਟਾ ਚੈੱਕ ਕੀਤਾ ਜਾਵੇ ਤਾਂ ਉਨੇ ਕੁ ਲੋਕਾਂ ਨੇ ਲੋਡ ਜਿਹੜਾ ਨਹੀਂ ਭਰਾਇਆ ਹੋਇਆ। ਦੇਖੋ ਦੋਸਤੋ, ਹੈ ਕੀ ਆ ਕਿ ਬਿਜਲੀ ਦੀ ਖਪਤ ਜ਼ਿਆਦਾ ਹੋ ਰਹੀ ਆ, ਪਰ ਜੇਕਰ ਲੋਕਾਂ ਦੇ ਘਰਾਂ ਦਾ ਲੋਡ ਦੇਖਿਆ ਜਾਵੇ ਤਾਂ ਲੋਡ ਲੋਕਾਂ ਨੇ ਘੱਟ ਭਰਾਇਆ ਹੋਇਆ। ਇਹਦੇ ਕਰਕੇ ਸਰਕਾਰ ਨੂੰ ਕਨਫਿਊਜ਼ਨ ਜਿਹੜੀ ਆ ਹੋ ਚੁੱਕੀ ਆ। ਸਰਕਾਰ ਨੇ ਲਾਸਟ ਡੇਟ ਵੀ ਰੱਖੀ ਸੀ, ਇਸ ਸਮੇਂ ਵੀ ਚੱਲ ਰਹੀ ਆ, ਠੀਕ ਹੈ ਜੀ, 1 ਤੋਂ 2 ਮਹੀਨੇ ਦੇ ਵਿੱਚ ਤੁਸੀਂ ਆਪਣੇ ਜਿਹੜੇ ਬਿਜਲੀ ਘਰਾਂ ਦੇ ਲੋਡ ਆ ਉਹ ਵਧਾਓ ਤੁਸੀਂ ਆਪਣੇ ਘਰ ਦੇ, ਠੀਕ ਹੈ ਜੀ। ਸੋ ਇਹਦੇ ਵਿੱਚ ਦੇਖੋ ਕਿ ਦੋਸਤੋ, ਜੋ ਖਰਚਾ ਹੈਗਾ, ਖਰਚਾ ਤੁਹਾਨੂੰ ਅਸੀਂ ਆਪਣੀਆਂ ਪਹਿਲੀਆਂ ਵੀਡੀਓ ਵਿੱਚ ਵੀ ਦੱਸਿਆ ਹੋਇਆ, ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਖਰਚੇ ਦੇ ਸੰਬੰਧੀ ਜਾਣਕਾਰੀ ਨਹੀਂ ਦੇਵਾਂਗੇ। ਪਰ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਕਾਰ ਨੇ ਲੋਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਹੁਣ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਲਾਈਨਮੈਨਾਂ ਵੱਲੋਂ, ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ, JEE ਵੱਲੋਂ, ਕੈਸ਼ੀਅਰ ਜਿਹੜੇ ਬੈਠੇ ਹੁੰਦੇ ਨੇ ਬਿਜਲੀ ਵਿਭਾਗ ਦੇ ਅੰਦਰ, ਉਹਨਾਂ ਵੱਲੋਂ ਹੁਣ ਕੀ ਹੋ ਰਿਹਾ ਕਿ ਪਿੰਡਾਂ ਵਿੱਚ ਸਵੇਰੇ ਜਾਂ ਫਿਰ ਸ਼ਾਮ ਨੂੰ ਜਾਂ ਫਿਰ ਦੁਪਹਿਰ ਨੂੰ ਚੈਕਿੰਗਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਜੀ। ਚੈਕਿੰਗਾਂ ਸ਼ੁਰੂ ਹੋਣੀਆਂ ਤਾਂ ਹੋਈਆਂ ਆ ਕਿ ਲੋਕਾਂ ਨੇ ਗਲਤ ਤਰੀਕੇ ਦੇ ਨਾਲ PSPCL ਨੂੰ ਧੋਖਾ ਦਿੱਤਾ ਆ।
ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਨੇ ਆਪਣੇ ਘਰਾਂ ਵਿੱਚ ਏਸੀ ਲਾ ਲਏ ਨੇ, ਮਾਈਕ੍ਰੋਵੇਵ ਲਾ ਲਏ ਨੇ, ਰਸੋਈਆਂ ਵਿੱਚ ਚਿਮਨੀਆਂ ਲਾ ਲਈਆਂ ਨੇ, ਪਰ ਲੋੜ ਦਾ ਖਿਆਲ ਹੀ ਨਹੀਂ ਹੈ ਲੋਕਾਂ ਨੂੰ, ਲੋੜ ਭਰਾ ਹੀ ਨਹੀਂ ਰਹੇ। ਸੋ ਸਰਕਾਰ ਨੂੰ ਹੁਣ ਪਤਾ ਲੱਗ ਚੁੱਕਾ ਹੈਗਾ ਕਿ ਲੋਕਾਂ ਨੇ ਲੋੜ ਬਹੁਤ ਘੱਟ ਭਰਾਏ ਹੋਏ ਨੇ, ਜਿਹਦੇ ਕਰਕੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਘਾਟਾ ਪੈ ਰਿਹਾ, PSPCL ਨੂੰ ਵੀ ਘਾਟਾ ਪੈ ਰਿਹਾ। ਇਸੇ ਕਰਕੇ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੀ ਅਹਿਮ ਜਾਣਕਾਰੀ ਆ ਦੋਸਤੋ, ਉਹ ਇਹ ਹੈ ਕਿ ਜਿਨ੍ਹਾਂ ਵੀ ਲੋਕਾਂ ਨੇ ਅਜੇ ਤੱਕ ਆਪਣੇ ਘਰਾਂ ਦੇ ਜਾਂ ਫਿਰ ਦੁਕਾਨਾਂ ਦੇ ਜਾਂ ਫਿਰ ਹਵੇਲੀਆਂ ਦੇ ਬਿਜਲੀ ਮੀਟਰਾਂ ਦੇ ਲੋਡ ਨਹੀਂ ਵਧਾਏ, ਉਹਨਾਂ ਨੂੰ ਅਪੀਲ ਹੈ, ਬੇਨਤੀ ਹੈ ਹੱਥ ਛੋੜ ਕੇ ਕਿ ਛੇਤੀ ਤੋਂ ਛੇਤੀ ਆਪਣੇ ਲੋਡ ਜਿਹੜੇ ਆ ਜ਼ਰੂਰ ਭਰਾ ਲਵੋ। ਜੇਕਰ ਚੈਕਿੰਗ ਹੋ ਗਈ ਨਾ ਤਾਂ ਤੁਹਾਨੂੰ 5,000, 10,000, 15,000, 20,000, 25,000 ਰੁਪਏ ਤੱਕ ਜੁਰਮਾਨਾ ਜਿਹੜਾ ਇਹ ਟਾਈਮ ਖੜੇ ਪੈ ਰਹੀ ਤੁਹਾਡੇ ਘਰ ਵਿੱਚੋਂ, ਤੁਹਾਨੂੰ ਰਸੀਦ ਕੱਟ ਕੇ ਜਿਹੜੀ ਆ ਦੇ ਦਿੱਤੀ ਜਾਵੇਗੀ। ਜਿਨ੍ਹਾਂ ਨੇ 2-2 ਮੀਟਰ ਲਗਾਏ ਹੋਏ ਨੇ ਆਪਣੇ ਘਰਾਂ ਜਾਂ ਕੋਠੀਆਂ ਵਿੱਚ, ਸਿੰਗਲ ਪੋਰਸ਼ਨ ਜੇਕਰ, ਹਾਂ ਜੇਕਰ ਦੋ ਭਰਾ ਰਹਿ ਰਹੇ ਨੇ ਫਿਰ ਲਗਾ ਸਕਦੇ ਹੋ, ਇੱਕ ਸਿੰਗਲ ਪੋਰਸ਼ਨ ਦੇ ਥੱਲੇ ਇੱਕ ਉੱਤੇ ਲਗਾ ਸਕਦੇ ਹੋ ਕੋਠੀ ਦੇ, ਠੀਕ ਹੈ ਜੀ। ਪਰ ਇਹ ਨਹੀਂ, ਜੇਕਰ ਘਰ ਇੱਕੋ ਮੰਜ਼ਲੀ ਬਣਿਆ ਹੋਇਆ ਤਾਂ ਜੇਕਰ ਤੁਸੀਂ 2 ਮੀਟਰ ਲਗਾਈ ਬੈਠੇ ਹੋ ਤਾਂ ਉਹਨਾਂ ਨੂੰ ਵੀ ਜੁਰਮਾਨਾ ਜਿਹੜਾ ਸਰਕਾਰ ਜ਼ਰੂਰ ਪਾਏਗੀ। ਹੁਣ ਅੱਗੇ ਅਸੀਂ ਗੱਲ ਕਰ ਲੈਂਦੇ ਹਾਂ, ਹੈਗੇ ਹਾਂ, ਇਸ ਤੋਂ ਪਹਿਲਾਂ ਵੀ ਅਸੀਂ ਵੀਡੀਓ ਜਿਹੜਾ ਅਪਲੋਡ ਕੀਤਾ ਹੋਇਆ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਬਿਜਲੀ ਮੀਟਰ ਦੀ ਲੋੜ ਨੂੰ ਕਿਵੇਂ ਜਿਹੜਾ ਭਰਨਾ ਹੈਗਾ ਜਾਂ ਫਿਰ ਭਰਾਉਣਾ ਹੈਗਾ, ਠੀਕ ਹੈ। ਬਾਕੀ ਤੁਹਾਨੂੰ ਇੱਕ ਦੁਕਾਨ ਦਾ ਐਡਰੈਸ ਦੱਸਣ ਜਾ ਰਹੇ ਹਾਂ, ਪਤਾ ਨੋਟ ਕਰ ਲਵੋ ਜੀ, ਸੁਖਦੀਪ ਕੈਫੇ ਪਿੰਡ ਖੇੜੀ ਨੇੜੇ ਕਾਨਵਾਂ ਜ਼ਿਲ੍ਹਾ ਗੁਰਦਾਸਪੁਰ, ਕਾਨਵਾਂ ਤੋਂ ਘੋੜੇਵਾਰ ਰੋਡ 'ਤੇ ਇਹਨਾਂ ਦਾ ਦਫ਼ਤਰ ਹੈ। ਇਹਨਾਂ ਦੇ ਦਫ਼ਤਰ ਜਾ ਕੇ ਤੁਸੀਂ ਆਪਣੀ ਬਿਜਲੀ ਬਿੱਲ ਲੋੜ ਦੀ ਫਾਈਲ ਜਿਹੜੀ ਆ ਭਰਵਾ ਸਕਦੇ ਹੋ। ਬਾਕੀ ਜੇਕਰ ਕਿਸੇ ਵੀ ਵੀਰ ਨੇ ਕੰਪਿਊਟਰ ਕਾਫੀ ਸ਼ੋਪ ਦੀ ਜਾਂ ਹੋਰ ਕਿਸੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਵਾਉਣੀ ਹੋਵੇ, ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ, ਈਮੇਲ ਆਈਡੀ ਦੇ ਜਿਹੜੀ ਹੈ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਈਮੇਲ ਦੇ ਦਿੱਤੀ ਹੋਈ ਆ। ਪਰ ਹੁਣ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਕਿ ਦੋਸਤੋ, ਜਿਹਦੀ ਜੇਕਰ ਤੁਸੀਂ ਲੋਟ ਨਹੀਂ ਵਧਾਉਂਦੇ ਹੈਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਭਾਰੀ ਜੁਰਮਾਨਾ ਜਿਹੜਾ ਪੈ ਸਕਦਾ। ਸੋ ਇਸ ਕਰਕੇ ਕੋਸ਼ਿਸ਼ ਕਰੋ, ਹੁਣੇ ਉੱਠੋ, ਮੋਬਾਈਲ ਫੋਨ ਛੱਡੋ ਆਪਣਾ, ਆਪਣਾ ਬਿਜਲੀ ਮੀਟਰ ਦਾ ਲੋਡ ਜਿਹੜਾ ਜ਼ਰੂਰ ਚੈੱਕ ਕਰੋ, ਬਿਜਲੀ ਬਿੱਲ 'ਤੇ ਬਿੱਲ ਲਵੋ, ਉੱਤੇ ਲੋਡ ਲਵੋ, ਕੈਲਕੂਲੇਟ ਕਰੋ। ਜੇਕਰ ਤੁਸੀਂ ਕੈਲਕੂਲੇਟ ਵਾਲਾ ਵੀਡੀਓ ਨਹੀਂ ਦੇਖਿਆ ਹੋਇਆ ਕਿ ਘਰ ਦੇ ਲੋਡ ਨੂੰ ਕਿਵੇਂ ਕੈਲਕੂਲੇਟ ਕਰਨਾ, ਉਹ ਵੀ ਅਸੀਂ ਆਪਣੇ ਚੈਨਲ 'ਤੇ ਪਾਇਆ ਹੋਇਆ। ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਕਿ 60 ਵਾਟ ਜਿਹੜੇ ਨੇ ਪੱਖੇ ਦੇ ਲੈ ਕੇ ਚੱਲੋ, ਠੀਕ ਆ, ਏਸੀ ਦਾ 2.5 ਕਿਲੋਵਾਟ ਲੈ ਕੇ ਚੱਲੋ, ਭਾਵੇਂ ਏਸੀ ਲਾਓ ਤੁਸੀਂ 1 ਕਿਲੋਵਾਟ ਦਾ, ਭਾਵੇਂ ਲਾਓ 2 ਦਾ, ਭਾਵੇਂ ਲਾਓ 1.5 ਦਾ, ਪਰ ਵਾਟ ਜਿਹੜਾ ਹੈ 250 ਵਾਟ ਦਾ ਹੀ ਹੋਏਗਾ, ਠੀਕ ਹੈ ਜੀ। ਇਸ ਤੋਂ ਬਾਅਦ ਜਿਹੜੀ ਪੱਠੇ ਕੁਤਰਾਂ ਵਾਲੀ ਮੋਟਰ ਹੈ ਉਹਦਾ 1 ਕਿਲੋਵਾਟ ਹੈ, ਜਿਹੜੀ ਸਮਰਸੀਬਲ ਮੋਟਰ ਹੈ ਉਹਦਾ ਵੀ 1 ਕਿਲੋਵਾਟ ਹੈ, ਜਿਹੜੀ ਘਰਾਂ ਵਿੱਚ ਚਿਮਣੀ ਲਾਈ ਰਹੇ ਨੇ ਅੱਜ ਕੱਲ੍ਹ ਆ ਰਹੇ ਨੇ ਲੋਕ, ਉਹਦੇ ਵਿੱਚ ਵੀ 1 ਕਿਲੋਵਾਟ ਹੈ। ਮਾਈਕ੍ਰੋਵੇਵ ਲਾ ਰਹੇ ਹੋ ਉਹਦਾ ਵੀ 1 ਕਿਲੋਵਾਟ ਹੈ, ਠੀਕ ਹੈ ਜੀ। ਮਾਈਕ੍ਰੋਵੇਵ ਅਤੇ ਚਿਮਣੀ ਜੇਕਰ ਦੋਵੇਂ ਤੁਸੀਂ ਲਗਾਈਆਂ ਹੋਈਆਂ ਡਿਵਾਈਸ ਤਾਂ ਫਿਰ ਤੁਸੀਂ 1 ਕਿਲੋਵਾਟ ਹੀ ਲੋਡ ਵਧਾ ਸਕਦੇ ਹੋ, ਕਿਉਂਕਿ ਤੁਸੀਂ ਦੋਨੋਂ ਚੀਜ਼ਾਂ ਇੱਕੋ ਟਾਈਮ 'ਤੇ ਯੂਜ਼ ਕਰਨੀਆਂ, ਕਿਸੇ ਕੋਈ ਕੋਈ ਯੂਜ਼ ਕਰਦੇ ਨੇ, ਕੋਈ ਕੋਈ ਨਹੀਂ ਯੂਜ਼ ਕਰਦੇ, ਠੀਕ ਆ। ਬਾਕੀ ਜਿਹੜਾ ਮੇਨ ਪਾਵਰ ਪਲੱਗ ਹੁੰਦਾ ਉਹ ਵੀ 1000 ਕਿਲੋਵਾਟ ਹੀ ਆਏਗਾ, ਗੀਜ਼ਰ ਹੈ ਗੀਜ਼ਰ ਵੀ 1 ਕਿਲੋਵਾਟ ਹੀ ਮੰਨਿਆ ਜਾਂਦਾ ਪਾਵਰ ਪਲੱਗ ਦੇ ਵਿੱਚ। ਸੋ ਇਹ ਸਾਰੀ ਚੀਜ਼ਾਂ ਤੁਸੀਂ ਨੋਟਿਸ ਕਰ ਲੈਣੀਆਂ, ਕੈਲਕੂਲੇਟ ਕਰ ਲੈਣੀਆਂ ਹੈਗੀਆਂ, ਜੇਕਰ ਲੋਡ ਘੱਟ ਨਹੀਂ ਕਰ ਰਿਹਾ ਤਾਂ ਬੇਨਤੀ ਹੈ ਜ਼ਰੂਰ ਵਧਾ ਲਵੋ, ਨਹੀਂ ਤਾਂ 5,000 ਤੋਂ ਲੈ ਕੇ 25,000 ਰੁਪਈਆ 'ਤੇ ਤਿਆਰ ਰੱਖੋ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਾਂਗੇ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵੀਂ ਵੀਡੀਓ ਨਾਲ, ਧੰਨਵਾਦ।